हाँ जी भाई जी, सारा जी, सत श्रीकाल जी। संदीप डेयरी फार्म विच तुहाड़ा बहुत बहुत वेलकम है जी। आज ही अपने विजिट हैगी है जी, पिंड चाटी पिंड नहर जी, जिला अमृतसर पैंदा। अज फिर आपां सुख संत जी पहुंच चुके जी। आपां इन्हां बाईआं की वीडियो बहुत बनाईआं जी, आपां वधिया पशु हुंदे जी, ते चंगे चंगे लेवे ले गावां। अज फिर इन्हां कुछ सेल है जी, ते हुण बाई जी ने गलबात करिए, इन्हां प्राइस की आ ते की मिलक रिकॉर्ड आ। उस तों पहले वीर जी रिक्वेस्ट करां तुहानूं, पहलों कि जिहड़े वीर पहले वीडियो वेख रहे आ उन्हां वीर रिक्वेस्ट आ कि अपने चैनल सबसक्राइब करन जी, ते घंटी बड़ी जरूर दबान तां कि तुहानूं वीडियो आ। भी जी एक होर गैसट आ, इत्थे आओ, एक टाइम दो टाइम चॉइस करो ते पास कर लैके जाओ। हुण बाई जी ने गलबात करिए जी। हाँ जी बाई, सत श्रीकाल जी। सत श्रीकाल जी। ਹੋਰ ਬਾਜੀ ਕਿਦਾਂ ਜੀ? ਵਧੀਆ ਵਧੀਆ ਸੰਜੀ, ਵਧੀਆ ਜੀ। ਕਿਵੇਂ ਚੱਲਦਾ ਕੰਮ ਜੀ? ਹਾਂ ਜੀ ਵਧੀਆ ਚੱਲ ਜਾਂਦਾ। ਵਿਕੀ ਜੀ ਦਾ ਮਾਲ? ਹਾਂ ਜੀ ਹਾਂ ਜੀ, ਮਾਲ ਵਿਕੀ ਜਾਂਦਾ ਜੀ। ਮਾਲ ਐਵੇਂ ਕਹਿ ਦਈਏ ਵੀ ਬਸ ਉਹ 7 ਗਾਵਾਂ ਹੋਰ ਭੇਜਣੀਆਂ ਆਪਣੀਆਂ। ਬਾਕੀ ਪੂਰੀ ਹੋ ਗਈ? ਹਾਂ ਜੀ, ਉਹ 7 ਕੱਲ ਹੀ ਭੇਜੀਆਂ ਜੀ। ਠੀਕ ਆ। ਤੇ ਇੱਕ ਕੱਲ ਹੁਣ 2-4 ਦਿਨ ਤੱਕ ਉਹਨਾਂ ਨੇ ਕਿਹਾ ਉਹ 2-4 ਦਿਨ ਤੱਕ ਹੋ ਜਾਣਗੇ ਪੂਰੇ। ਹਾਂ ਜੀ, 7 ਹੀ ਭੇਜਣੀਆਂ ਬਾਕੀ ਦੇ ਉਹਨਾਂ ਦੇ। ਅੱਜ ਫਿਰ ਕਿੰਨੀਆਂ ਜੀ? ਅੱਜ ਆਪਣੇ ਕੋਲ ਇਸ ਟਾਈਮ ਇੱਥੇ ਵੀ 7 ਹੀ ਹੈ ਜੀ। ਇਹ ਵੀ ਜਾ ਰਹੀ ਉਧਰ ਹੀ? ਨਹੀਂ ਇਹ ਨਹੀਂ ਜੀ, ਇਹ ਇੱਥੇ ਆਪਾਂ ਵੀਡੀਓ ਪਾਈ ਆ ਉਹਨਾਂ ਦੀ। ਵੀਡੀਓ ਕੱਟ ਹੀ ਬਣਦੀ ਜਿਹੜੀਆਂ ਉੱਥੇ ਜਿਹੜੀ ਵੇਖ ਗਈ ਪਸ਼ੂ ਭਾਜੀ, ਐਵੇਂ ਕੋਲ ਚੁੱਕ ਕੇ ਬਾਜੋ ਇਹ ਕਹੀ ਜਾਵੇ ਵੇਗੀਆਂ ਵੇਗੀਆਂ, ਫਿਰ ਉਹਦਾ ਕੀ ਪਤਾ। ਵਿਊ ਲੈਣ ਦਾ ਕੋਈ ਫਾਇਦਾ ਨਹੀਂ। ਨਹੀਂ ਨਹੀਂ ਕੋਈ ਫਾਇਦਾ ਨਹੀਂ, ਸਿੱਧੀ ਗੱਲ ਐਵੇਂ ਜਿਹੜੀਆਂ ਵੇਚਣ ਵਾਲੀਆਂ ਉਹਨਾਂ ਦੀ ਵੀਡੀਓ ਪਾਉਂਦੇ ਆਪਾਂ। ਆ ਜਾ ਫਿਰ ਬੜੀਆਂ ਸ਼ਾਨਦਾਰ ਕੁਆਲਿਟੀ ਦੀ ਗਾਵਾਂ। ਹਾਂਜੀ ਹਾਂਜੀ, ਚਲੋ ਅੱਜ ਕਿਉਂਕਿ ਗਰਮੀ ਦੇ ਮੌਸਮ ਆ, ਹੁਣ ਇਹੋ ਜੀ ਬਰੀਡ ਚੱਲਦੀ ਹੈ ਜੀ। ਕਰੋਲ ਜੀ ਟ੍ਰੈਕ ਕਰੀ ਹੋ ਬਰਾ। ਹਾਂਜੀ ਇਹਦੇ ਪਰ ਦੱਸੋ ਇਹ ਭਾਜੀ ਦੂਜਾ ਸੂਆ ਸਹੀ ਜੋ। ਹਾਂਜੀ ਇਹਦੇ ਮਗਰ ਡੱਬੀ ਵੱਛੀ ਆ ਨਾਲ ਆ। ਠੀਕ ਆ। 3 ਦਿਨ ਹੋ ਗਏ ਇਸ ਟਾਈਮ 16 ਵਜੇ। ਹਾਂਜੀ 17 ਵਜੇ ਬੋਲਾ ਤਿਆਰ ਹੋ ਗਿਆ। ਆ ਦੇਖੋ 16 17 ਕੋਲ ਬੋਲਾ ਤੇ ਥਾਣਾ ਬਾਕੀ ਮੈਂ ਨੇ ਕਿਤਾ ਲੰਮਾ ਲੰਮਾ ਠੰਡੀ ਸੀਰਾ ਜਿੱਦਾਂ ਮਰਜੀ ਭਾਵੇਂ ਇਸ ਤਰ੍ਹਾਂ ਬਹਿ ਜਾਓ। ਹਾਂ ਦੇਖੋ ਕੋਈ ਗੱਲ ਨਹੀਂ, ਬਾਜੀ ਵਾ ਤੇ ਖੋਲੋ ਭਾਜੀ ਫਿਰ ਨੂੰ। ਤੇ ਭਾਜੀ ਪਰ ਸਵੇਰ ਚਵਾਈ ਕਿੰਨੇ ਵਜੇ ਕਰਦੇ ਜੀ? ਮੇਰੇ ਚਵਾਈ ਆਪਣੀ 4 4 ਵਜੇ ਜੀ। 3 ਸਾਢੇ 3 ਦਾ ਟਾਈਮ ਹੋ ਚੁੱਕਿਆ। ਇਹਨੇ ਕਹਿ ਦਿਆ ਆ ਦੇਖੋ 5 ਵਜ ਹੀ ਜਾਂਦੇ। ਹਾਂਜੀ ਹਾਂ, ਮੇਰੇ ਨਾਲ ਘੰਟਾ ਕਰਾਇਆ ਜਵਾਈ ਥਾਣਾ ਜੀ। ਆਜੋ 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 ਸਾਰੇ, ਬੜੀਆ ਕੁਆਲਿਟੀ ਗਾਵਾਂ ਕੋਲ ਜੀ ਅੱਜ। ਆ ਦੇਖੋ ਆ ਠੀਕ ਹੈ, ਬੰਦ ਹੋ ਜੇ ਠੀਕ ਹੈ। ਇਹ ਦੁੱਧ 20 ਕਿਲੋ ਕਰੂਗੀ, ਕਰ ਜੂ 20 ਕਿਲੋ ਜੀ। ਤੇ ਬਾਜੀ ਫਿਰ ਇਹਦੀ ਕੀਮਤ? ਕੀਮਤ ਨਹੀਂ, 20 ਕਿਲੋ ਵਾਲੀ ਤੇ ਆਪਾਂ ਤਾਂ ਨਹੀਂ ਕਹਿੰਦੇ ਵੀ ਲੋਕੀ ਆ ਮੰਗਦੇ ਉਹ ਮੰਗਦੇ ਆ, ਜਿੰਨੀ ਜਿਸ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਜੇ 20 ਕਿਲੋ ਲਈਏ ਤੇ ਮੁੱਲ ਤੇ 65,000 ਆ। ਹਾਂਜੀ ਆਪਾਂ ਦੇ ਦਾਂਗੇ ਹਾਂ ਨਾ, ਜਿਹੜੀ 44,000 ਦੀ ਉਹਦੇ ਨਹੀਂ ਮੰਨਦਾ ਨਾ, ਉਹ ਚ 500 ਛੋੜ ਕਰ ਦਾਂਗੇ। 43,500 ਦੀ? 43,500 ਦੀ ਦੇ ਦਾਂਗੇ। ਤੇ ਪੂਰਾ ਕਰ ਦੇ 43 ਕਰਦੇ ਜੀ। ਚਲੋ ਪੂਰਾ 43 ਕਰ ਦਾਂਗੇ, ਬਾਕੀ ਇਹ ਵਾ ਚੰਗੀ ਆ 20 ਕਿਲੋ ਦੁੱਧ ਕਰ ਜੂਗੀ। ਆਹਾਂ ਜੀ ਸੁਨੀਲ ਨੂੰ ਸੂਈ ਨੂੰ 5 ਦਿਨ ਹੋ ਗਏ ਆਪਣੇ ਕੋ, ਆਪਾਂ ਪਿਛਲੀ ਵੀਡੀਓ ਪਾਈ ਉਦੋਂ ਤਾਜ਼ੀ ਸੂਈ ਸੀ। ਅੱਛਾ ਜੀ ਠੀਕ ਆ। ਇਹ ਗਾਂ ਥੋੜੀ ਢਿੱਲੀ ਹੋ ਗਈ ਸੀ। ਹਾਂਜੀ ਆਪਾਂ ਫਿਰ ਸੇਲ ਨਹੀਂ ਕੀਤੀ ਜੀ। ਠੀਕ ਹੈ ਜੀ। ਆਪਣੇ ਜਿਹੜੀਆਂ ਪਰਸੋਂ ਭੇਜੀਆਂ ਉਹਦੋਂ ਵੀ ਥੋੜਾ ਬੁਖਾਰ ਹੀ, ਆਪਾਂ ਉਹਨਾਂ ਨੂੰ ਨਹੀਂ ਇਸ ਕਰਕੇ ਅੱਜ ਆ ਚੈੱਕ ਕੀਤੀ, ਕੋਈ ਬੁਖਾਰ ਨਹੀਂ ਕੋਈ ਕੁਝ ਨਹੀਂ। ਟੱਟਾ ਢਿੱਲੀ ਹੋਣ ਦੇ ਕਾਰਨ ਸੁਨੀਲ ਜੀ 21 ਕਿਲੋ ਜੋ ਇਸ ਟਾਈਮ ਦੁੱਧ। ਵਾਹ ਜੀ ਵਾਹ, ਤੇ ਬਰੂ ਹੋਰ ਇਹ 25 ਕਿਲੋ ਦੁੱਧ ਕਰੋ। ਵਾਹ ਜੀ ਵਾਹ, ਇਹ ਵੀ ਖੋਲੋ ਜੀ ਫਿਰ। ਇਹ ਵੀ ਇਦਾਂ ਹੀ ਬਹਿਰੋ। ਆ ਦੇਖੋ ਆਪਾਂ ਵੀਡੀਓ ਇਹ ਦੱਸਿਆ ਸੀ 16 17 ਕਿਲੋ ਦੁੱਧ। ਅੱਛਾ ਜੀ ਆਪਾਂ ਆਪਣੇ ਹੱਥੀ 21 ਕਿਲੋ ਚੋਂ 21 ਕਿਲੋ ਚੋਂ ਹੀ ਕਰਦੇ ਜੀ। ਤੇ ਦੇਖੋ ਗਾਂ ਦਾ ਲੇਵਾ ਮੈਂ ਬਸ ਬਲੈਡਰ ਹੀ ਸਮਝੋ ਜੀ। ਆ ਦੇਖੋ 25 ਕਿਲੋ ਕਰੂਗੀ ਤੇ ਇਸ ਹਿਸਾਬ ਨਾਲ ਹੀ ਬੜੇ ਤੜੇ ਤੜੇ ਲੇਵੇ ਜੀ ਆਦਾਂ। ਆ ਦੇਖੋ ਜੀ ਹਾਏ, ਆ ਦੇਖੋ ਫੇਸ ਕੁਆਲਿਟੀ ਦੇਖੋ, ਗਾਂ ਵੀ ਬੜੀ ਸੋਹਣੀ ਆ ਤੇ ਰੰਗ ਬੜਾ ਸੋਹਣਾ ਜੀ। ਆ ਦੇਖੋ ਬਾਕੀ ਥਣ ਦਾ ਬਸ ਸਿਰਾ ਹੀ ਕਰਾਇਆ ਪਿਆ ਜੀ। ਠੀਕ ਹੈ, ਬੱਚਾ ਆ ਗਿਆ ਜੀ। ਹਾਂਜੀ ਹਾਂਜੀ, ਚੋਬਰ ਆ ਗਿਆ। ਹਾਂਜੀ ਤੇ ਇਹ ਆਪਾਂ ਦੱਸਿਆ ਵੀਡੀਓ 'ਚ ਵੀ ਘਰ ਵਾਲੇ ਕਹਿੰਦੇ 25 ਕਿਲੋ ਚੋਇਆ ਵਾ। ਹਾਂਜੀ ਆਪਾਂ ਇਹ ਨਹੀਂ ਕਹਿੰਦਾ ਸਾਰੇ ਝੂਠ ਮਾਰਦੇ ਹੋ, ਸਚਾਈ ਹੋਊਗੀ। ਸਚਾਈ ਹੋਊਗੀ, ਹਾਂਜੀ ਸਚਾਈ ਹੋਊਗੀ। ਹਫਤਾ ਆਇਆ ਸੋਈ ਨੂੰ ਆਪਾਂ ਇਹਨੇ ਕਹਿ ਰਹੀ ਆ ਵੀ ਆਪਾਂ 21 ਕਿਲੋ ਚੋਣੇ ਆ, ਬਾਕੀ ਠੰਡੀ ਸੀਰ ਜਿੱਦਾਂ ਦੀ ਮਰਜ਼ੀ ਬਹਿ ਰਹੇ ਤੇ ਇਹਦੀ ਫਿਰ ਕੀਮਤ? ਇਹਦੀ ਕੀਮਤ ਹਾਂ ਨਾ ਜਿਹੜੀ ਹੈ ਨਾ ਹੁਣ, ਉਦੋਂ ਆਪਾਂ ਕਹੇ 45 ਦੇ ਦੇਵਾਂਗੇ, ਹੁਣ ਇਹਦੇ ਕੋਲ ਆਪਾਂ 21 ਕਿਲੋ ਦੁੱਧ ਤਿਆਰ ਕਰਤਾ। ਠੀਕ ਆ, ਹਾਂ ਨਾ ਜਿਹੜੀ ਆ 48,000 ਦੀ ਦੇਵਾਂਗੇ ਉਹਦੇ ਮਾਨਦਾਨ, ਉਹਦੇ ਜੋ 500 ਛੋਟ ਹੋਊਗੀ ਜਿਆਦਾ ਨਹੀਂ। 1000 ਕਰ ਦੇ ਹੋਰ ਕੋਈ ਨਹੀਂ, ਚਲੋ 47 ਦੀ ਦੇ 47,000 ਦੀ। ਕੋਈ ਵੀਰੇ ਨੇ ਫੋਨ ਨਾ ਲਾਈ ਜਾਵੇ ਵੀ ਇੰਨੇ ਦੀ ਉਹਨੇ ਦੀ, ਆਪਾਂ 47 ਲਾਸਟ ਆ। ਬਾ ਠੀਕ ਆ ਬਾਜੀ, ਇਹ ਵੀ ਖੋਲੋ ਹੁਣ ਇਹ ਸੂਆ ਕਰਦਾ ਨਾ ਮੂੰਹ ਦੀ, ਇਹਨੂੰ ਸੂਈ ਨੂੰ ਵੀ 5 ਕਿ ਦਿਨ ਹੋ ਗਏ ਜੋ ਬੱਚੀ ਆ ਗਈ, ਮਗਰ ਅੰਦਰ ਬੱਚੀ ਹੈ ਦੇ। ਆ ਦੇਖੋ ਬੱਚੀ ਬੜੀ ਸੋਹਣੀ ਆਈ ਹੈ ਜੀ, ਇਹਦੇ ਕੋ 14 15 ਕਿਲੋ ਜੋ ਇਸ ਟਾਈਮ ਤਿਆਰ, ਥੋੜੀ ਜਿਹੀ ਨਿੱਗਰ ਲੇਵੇ ਦੀ ਹੈ, ਟੈਡ ਲੇਵੇ ਦੀ ਹੈ, ਟੈਡ ਲੇਵੇ ਦੀ
देखो सुख सुन है कि सारे क्रोस वैन है ठीक है जी ते नाले चंगे दुध वाली ते चंगी फैन वाली आईडिया थोड़ा सा फैन किन्नी आ जो इन्हां दी चलो इंदी फिर कीमत चौदह पंद्रह किलो है दुध किलो दो किलो वधाऊगी मैला कीमत करिए चाली कीमत करिए बताइए बहुत सोना लेवा जी गावां भी पूरी सिरे दियां बाईयां कोल सिरा बिलकुल जी देखो बस लिया जी बस समझ लो घंटा कर चवाई होने ठीक है ना भाजी देखो हाँ जी भाई जी कीमत फिर कीमत राजी भी है किसी पास खुंदी नहीं है बाकी ठंडी सीला कोई एहो जी गल नहीं है यदि यस और नो जी है ना 41,000 छड़ांगे 40,000 पूरे 40 पूरे दे दवांगे वाह वाह कोई ओत्ता भी दूरों कोई भैन भरा आऊगा 500 और मानता बस ठीक है जी आ तिने वैणा दे करार कर दे बराबर आ 19 किले कोई भला फर्क होवे ठीक है जी वड्डिया वैणा दो ये गबड़ है जी ये भी गबड़ा मुंह दी छेद आंदे आ अच्छा जी अपनी इथे आके चेक करके फिर खड़े ते दुध किन्ना करजू ਨੇ ਉਹ ਪਹਿਲੇ ਸੂਏ ਕਹਿੰਦੇ ਵੀ ਅਸੀਂ 30 ਕਿਲੋ ਚੋਇਆ ਵਾ ਪਹਿਲੇ ਸੂਏ 30 ਕਿਲੋ ਆਪਾਂ ਦੂਜਾ ਸੂਆ ਪਾਵਾਂਗੇ 25 ਕਿਲੋ ਦੇ ਹਾਂ ਬਸ ਜੀ ਬਸ ਆਪਾਂ ਨਹੀਂ ਆਪਾਂ 5-7 ਕਿਲੋ ਵਧਨੇ ਆਪਾਂ 5 ਕਿਲੋ ਘਟ ਦੱਦੇ 25 ਕਿਲੋ ਦੇ ਦੂਗੀ ਬਾਕੀ ਕੱਦ ਲੈਵਾ ਇਹ 15 ਦਿਨ ਦੀ ਕੱਚੀ ਹੈ ਜੀ ਹਾਂ ਦੇਖੋ ਜੀ ਇਹ ਕੋਈ ਸਾਂਭ ਗਿਆ ਹੈ ਨਾ 15 ਦਿਨ ਇਹਦੀ ਸੇਵਾ ਕਰ ਗਿਆ ਹਾਂ ਜੀ ਬਹੁਤ ਚੰਗੀ ਬਣੂਗੀ ਗਾਂ ਠੀਕ ਆ ਬਾਕੀ ਠੰਡੀ ਸੀ ਰਾ ਇਸ ਤਰ੍ਹਾਂ ਬੈਠ ਜਾ ਬਾ ਠੀਕ ਹੈ ਹਾਂ ਜੀ चलो बाकी जिन्नी तैयार होनी है सारी बाहर होनी है बस ठीक है जी ठीक चलो आ देखो हाँ जी इन्हें क्यों भाजी फिर जी मुल तो भावे 85-90 जो मर्जी करी जाइए हाँ ना जी 58,000 की लो जी बच्चा मर चुका आ देखो दुध होगा 17 दुध हो 18 ठीक है जी थोड़ी गां लिस्सी है पर गां दुध वाली है हां जी हां बाकी नहीं ठंडी सीला कोई एहो जी गल नहीं बैठ ठीक है जी चलो ले आओ बाकी बच्चा मर गया वा जिना दुध 17-18 किलो दुध आना जी वैसे बैठ सी 35,000 दी आपा इको ही गल कर देनी है जी अच्छा जी
ਤੇ ਚੁਆਈ ਠੀਕ ਹੈ ਬਿਲਕੁਲ ਚੁਆਈ ਇੱਕ ਨੰਬਰ ਹੈ ਜੀ ਚੁਆਈ ਆ ਠੰਡੀ ਸੀ ਦੁੱਧ ਸਹੀ ਕਿੰਨਾ ਸਹੀ ਦੁੱਧ ਹੋਊਗਾ 16 ਸਾਢੇ 16 ਕਿਲੋ ਆਪਾਂ 15 ਕਿਲੋ ਕਿਵੇਂ ਫਿਰ ਇਹਦੀ ਕੀਮਤ ਜਿਹੜੀ ਇੱਕੋ ਹੀ ਗੱਲ ਹੀ ਕਰ ਲੈਣੀ ਨਾ ਇਹਦੀ 32000 ਦੀ ਹੋਰ ਮਾਨਤਾ ਨੂੰ 2000 ਛੱਡ ਦਾਂਗੇ 30000 ਵਾਹ ਜੀ ਵਾਹ ਵੇਖੋ ਜੀ ਬੜੇ ਭਾਲੇ ਗਾਵਾਂ ਬਾਈ ਨਾਲ ਕੋਲ ਜੀ ਠੀਕ ਹੈ ਜੀ ਚਲ ਆ ਦੇਖੋ ਆ ਦੇਖੋ ਜੀ ਤੇ ਗਾਵਾਂ ਵੀ ਵੇਖੋ ਜੀ ਕਿਵੇਂ ਜਿਵੇਂ ਫੋਰਨ ਦੀਆਂ ਗਾਵਾਂ ਨਹੀਂ ਹੁੰਦੀਆਂ ਤੇ ਖੁੱਲੀਆਂ ਤੁਰੀਆਂ ਫਿਰਦੀਆਂ ਹਨ ਜੀ ਗਾਂ ਵਿੱਚ ਉਹੋ ਜਿਹੇ ਗਾਂ ਦੇ ਦੇਵਾ ਜੀ ਵੈੜਾਂ ਤੇ ਕਰੀਏ ਬੜੀਆਂ ਚੰਗੀ ਤੋਂ ਚੰਗੀਆਂ ਅੱਜ ਸਾਨੂੰ ਜਿਆਦੀ ਚੰਗੀ ਵੈੜ ਦੀ ਉਧਰ ਦੀ ਹੈ ਜੀ ਉਹਨਾਂ ਨੂੰ ਕੱਲ ਭੇਜੀਆਂ 7 ਤੇ ਆ ਸਾਰੀਆਂ ਗਾਵਾਂ ਉਹਨਾਂ ਨੂੰ ਭੇਜਣੀਆਂ ਸੀ ਵੀ ਠੀਕ ਹੈ ਜੀ ਉਹ ਫਿਰ 2 ਦਿਨ 3 ਦਿਨ ਬਾਅਦ ਜਾ ਕੇ ਨਾ ਸਾਈਡਿੰਗ ਕਰਕੇ ਗਾਵਾਂ ਦੀ ਫੇਰ ਫੋਨ ਕਰਦੇ ਭਾਜੀ ਭੇਜ ਦਿਓ ਚਲੋ ਠੀਕ ਆਹੀ ਪਸ਼ੂ ਜੀ ਤਾਂ ਵੇਖੋ ਜੀ ਬੜਾ ਸੋਹਣਾ ਰੇਡ ਕੀਤਾ ਬਾਈ ਹੋਣਾ ਨੇ ਠੀਕ ਹੈ ਜੀ ਤੇ ਇਦੋਂ ਹੁਣ ਉੱਪਰ ਤੇ ਰੱਬ ਦੇ ਨਾਲ ਇਹ ਚੰਗੇ ਚੰਗੇ ਲੇਵੇ ਵਾਲੀਆਂ ਜੇ ਇਹੋ ਜੀ ਗਾਵਾਂ ਉਹ ਜਿਹਾ ਰੇਟ ਤੇ ਫਿਰ ਵੀ ਇੱਥੇ 2 ਟਾਈਮ ਚੁਆਈ ਜ਼ਰੂਰ ਕਰਵਾ ਕੇ ਆਣਾ ਭਾਜੀ ਭਾਜੀ ਕੋਈ 2 ਟਾਈਮ 3 ਟਾਈਮ ਤਸੱਲੀ ਕਰੇ ਆਪਣੀ ਆਪਾਂ ਜਿੱਦਾਂ ਕਹਿੰਦੇ ਨਾ ਵੀ ਉਹਨੇ ਪੈਸੇ ਦੇਣੇ ਇਹ ਪਾਟਾ ਨੋਟ ਬਾਹਰ ਕੱਢ ਦੇ ਹਾਂ ਬਿਲਕੁਲ ਤਸੱਲੀ ਕਰ ਲਓ ਲੈ ਜਾਓ ਮੇਰੀ ਇੱਕੋ ਬੇਨਤੀ ਹੈ ਜੀ ਪੱਖੇ ਨਾ ਲਾਓ ਕੂਲਰ ਨਾ ਲਾਓ ਐਂ ਰਹਿਣ ਦਿਓ ਭਾਵੇਂ ਐਂ ਹੀ ਰਹਿਣ ਦਿਓ ਬਸ ਵੰਡ ਪੱਠਾ ਪਾਓ ਇਹਨਾਂ ਗਾੜੀ ਠੀਕ ਹੈ ਸੇਵਾ ਕਰੋ ਇਹ ਨਹੀਂ ਵੀ ਸੋਖਰੇ ਕਿਹਾ ਵੀ ਇਹਦੇ ਥੱਲੇ 16 ਵਾਂ ਹਾਂਜੀ ਤੇ 16 ਦੇ ਰਹੂਗੀ ਹਾਂਜੀ ਤੁਹਾਡੀ ਸੇਵਾ ਤੇ ਰਹਿਣਾ ਵਧਣਾ ਵਾਂ ਘਟਣਾ ਨਹੀਂ ਆ ਚਲੋ ਇਹ ਆਪਣੇ ਕੋਲ ਗਾਂ ਪੀਡੀਐਫ ਵਾਲੀ ਜਿਹੜੀ ਆਪਾਂ ਹਾਂ ਵੇਚੀ ਸੀ ਹਾਂਜੀ ਆਪਾਂ ਇਥੋਂ 25 ਕਿਲੋ ਦੁੱਧ ਮਨਾ ਕੇ ਦਿੱਤੀ ਸੀ ਆਪਾਂ ਕਿਹਾ ਵੀ 2 2.5 ਕਿਲੋ ਦੁੱਧ ਵੱਧ ਜੂਗੀ ਹਾਂਜੀ ਉਹਨਾਂ ਕੋਲ ਜਾ ਕੇ 2 3 ਕਿਲੋ ਦੁੱਧ ਘਟ ਗਈ ਆ ਅੱਛਾ ਕਹਿੰਦੇ ਕੀ ਕਿਹਾ ਸੀ ਤੇ ਕੱਲ ਉਹ ਵੀ ਵੀਡੀਓ ਕਾਲ ਤੇ ਵਿਦੇਹ ਕਰਨ ਕੂਲਰ ਲਾਇਆ ਉੱਤੇ ਫੁਹਾਰੇ ਲਾਏ ਸੀ ਉਹਦਾ ਵੀਰ ਜੀ ਹੁਣ ਆਵੇ ਮੈਂ ਕਹਿ ਦਿਆ ਬੜਾ ਵਧੀਆ ਪ੍ਰਬੰਧ ਸੀ ਉਹਨਾਂ ਦਾ ਪਰ ਗਾੜੀ ਨਹੀਂ ਕੋ ਜਾਗਾ ਇਹ ਚਲੋ ਗਾੜੀ ਰਾਸ਼ਨ ਨਹੀਂ ਕੋ ਜਾਗਾ ਇਹ ਆਪਾਂ ਵੀਰ ਵੀਡੀਓ ਤੇ ਉਹਨੇ ਡੰਗਰ ਲਿਆ ਵੀਡੀਓ ਵੇਂਦਾ ਹੋਊਗਾ ਹਾਂਜੀ ਹਾਂਜੀ ਆਪਾਂ ਨੂੰ ਨਹੀਂ ਕੋਈ ਗੱਲ ਚਲੋ ਠੀਕ ਆਪਾਂ ਨੂੰ ਫੋਨ ਕਰਦਾ ਭਾਜੀ ਦੁੱਧ ਇੰਨਾ ਵਾ ਉਹਨਾਂ ਵਾ ਆਪਾਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਇਹਨਾਂ ਨੂੰ ਕੂਲਰ ਪੱਖੇ ਲਾਓ ਰਾਸ਼ਨ ਵੀ ਪਾਓ ਇਹਨਾਂ ਦੇ ਢਿੱਡ ਜੀ ਵੀ ਕੁਝ ਫੀਡ ਫੁੱਲ ਪਾਓ ਹਾਂਜੀ ਹਾਂਜੀ ਫੁੱਲ ਰਾਸ਼ਨ ਸੇਵਾ ਕੀਤਾ ਮਿਲਦੀ ਐ ਮੈਂ ਆਪਾਂ ਕਹੀ ਜਾਈਏ ਅਸੀਂ ਕਹਿ ਦਈਏ ਵੀ ਅਸੀਂ 2 ਕਿਲੋ ਪਾਉਂਦੇ ਆਪਾਂ ਨਹੀਂ ਜਿੰਨਾ ਖਾ ਜਾਂ ਜੀ 5 ਕਿਲੋ ਖਾ ਜੇ 6 ਕਿਲੋ ਫੀਡ ਖਾ ਜੇ ਪਾਈ ਦੀ ਚਲ ਨੰਬਰ ਬੋਲ ਦੋ ਨਾਂ ਸੁਖ ਸੰਧੂ ਆ ਜੀ 81 46 46 72 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ